ਅਸਾਂ ਬੈਠੇ ਹਾਂ ਖੁੱਦੂ ਵਾਲਾ, ਇਹਦੇ ਨਜ਼ਦੀਕ ਇਹ ਜਿਹੜੇ ਗਾਮ ਨੇ ਉਹ ਹੈ 137 ਟੈਨਾਰ ਅਤੇ ਠੱਟਾ ਪਾਵਲੀਆਂ ਵਾਲਾ। ਅਤੇ ਇੱਥੇ ਸਾਕੂ ਬਜ਼ੁਰਗ ਮਿਲੇ ਹਨ, ਇਹ ਇੱਥੋਂ ਦੇ ਮੁਕਾਮੀ ਹਨ। ਇਹ ਸਾਕੂ ਡਸਾਸਨ ਊ ਟਾਈਮ ਦੇ ਹਾਲਾਤ, ਜੀ ਟਾਈਮ ਇੱਥਾਂ ਵੰਡ ਕਹਿ ਨਹੀਂ ਥਈ ਸੀ, ਅਤੇ ਊ ਟਾਈਮ ਦੇ ਇੱਥੋਂ ਦੇ ਹਾਲਾਤ ਦਸਾਸਨ। ਅਸਲਾਮ ਵਾਲੇਕੁਮ। ਵਾਲੇਕੁਮ। ਕੀ ਹਾਲ ਨੇ ਬਜ਼ੁਰਗੋ? ਚੰਗਾ। ਤਬੀਅਤ ਠੀਕ ਹੈ? ਸ਼ੁਕਰੀਆ। ਅੱਛਾ, ਸਭ ਤੋਂ ਪਹਿਲੇ ਤਾਂ ਆਪਣਾ ਨਾਮ ਦਸਾਓ। ਮੇਰਾ ਨਾਮ ਹਾਜੀ ਬਹਾਦਰ। ਹਾਜੀ ਬਹਾਦਰ। ਅਤੇ ਵਾਲਦ ਸਾਹਿਬ ਦਾ ਨਾਮ? ਅੱਲਾ ਬਖਸ਼। ਅੱਲਾ ਬਖਸ਼। ਔਰ ਦਾਦਾ ਜੀ ਦਾ? ਦਾਦਾ ਜੀ ਪਠਾਣਾ। ਪਠਾਣਾ। ਅੱਛਾ, ਜੀ ਟਾਈਮ ਵੰਡ ਕਹਿ ਨਹੀਂ ਥਈ, ਊ ਟਾਈਮ ਇੱਥਾਂ ਹਿੰਦੂ ਜਾਂ ਸਿੱਖ ਰਹਿੰਦੇ ਹਨ, ਉਹਨਾਂ ਦੇ ਕੋਈ ਨਾਮ ਯਾਦ ਹਨ? 37 ਤੁਸੀਂ ਦੱਸੇ ਨੇ ਪਿਓ, 37 ਟੈਨਾਰ। ਉਹਨਾਂ ਦਾ ਨਾਮ ਮੈਨੂੰ ਯਾਦ ਕੋਈ ਨਹੀਂ। ਉੱਥੇ ਜਿਹੜੇ ਮੁਰੱਬੇ ਤੁਸੀਂ ਦੱਸੇ ਨੇ ਪਿਓ, ਮੁਰੱਬਾ 7 ਮੁਰੱਬਾ, 8 ਮੁਰੱਬਾ, 9 ਮੁਰੱਬਾ, ਇਹ ਕਿਹੜੇ ਕਿਹੜੇ ਬੰਦਿਆਂ ਦੇ? ਇਹ ਜਿਹੜਾ 8 ਮੁਰੱਬਾ ਆਈ ਉਹ ਆਈ, ਉਹਦੇ ਨਾਂ ਆਏ ਚੇਤ ਸਿੰਘ। ਚੇਤ ਸਿੰਘ ਸੂਬੇਦਾਰ। ਸੂਬੇਦਾਰ। ਅੱਛਾ। ਇਹ ਜਿਹੜਾ 6 ਮੁਰੱਬਾ ਇਹ ਆਈ, ਇਹਦੇ ਨਾਂ ਮੇਰ ਸਿੰਘ, ਇਹ ਜਮਾਦਾਰ ਆਈ। ਇਹ 6 ਮੁਰੱਬਾ। ਅੱਛਾ। ਬਿਆ ਗੁੱਥੀ ਗਿਆ 7 ਮੁਰੱਬਾ, ਉਹ ਆਈ ਗੈਲ ਸਿੰਘ, ਉਹਦੇ ਨਾਂ ਜਮਾਦਾਰ ਆਈ। ਮੁਸਲਮਾਨਾਂ ਨੂੰ ਸਿੱਖਾਂ ਮਾਰਾਈ ਇੱਥਾਂ, ਤੇ ਸਿੱਖ ਮੁਸਲਮਾਨ ਸਿੱਖਾਂ ਕੋ ਮਾਰਦੇ ਰਹਿਣ ਆਪਣਾ ਵਸੇਬ ਚ। ਹਾਂ, ਵਸੇਬ ਦਾ ਜੀ ਜੀ ਰੋਲੇ ਵਿੱਚ ਪਾਉਂਦੇ ਰਹਿਣ, ਪਰ ਇੰਨੇ ਰੋਲੇ ਨਾਲ ਪੈ ਜਿਵੇਂ ਪਾ ਕੇ। ਇਹਨਾਂ ਦਾ ਜਿਹੜਾ ਗੁਰਦੁਆਰਾ ਹੈ ਕਿਹੜੇ ਪਿੰਡ ਹੈ? 37 ਚੱਕ। 37 ਚੱਕ ਜੀ ਹੈ ਸੀ ਪਹਿਲੇ ਗੁਰਦੁਆਰਾ? ਹਾਂ, ਗੁਰਦੁਆਰਾ ਹੈ 37 ਚੱਕ ਵਿੱਚ। ਅੱਛਾ। 37 ਚੱਕ ਇਹ ਹੈ, ਪਹਿਲੇ ਨਾਂ ਆਈ ਇਹਦੇ ਨੰਦ ਲਾਲ। ਅੱਛਾ, ਪਿੰਡ ਦਾ ਨਾਂ? ਪਿੰਡ ਦਾ ਨਾਂ ਨਾ ਸਿੱਖਾਂ ਸਿੱਖ ਦਾ ਨਾਂ ਜੀ ਜੀ ਨੰਦ ਲਾਲ। ਅੱਜ ਦੇ ਵਾਲੇ ਹੈ ਜੰਗਲ ਸਾਰਾ, ਇਹ ਜੰਗਲ ਦੇ ਵਿੱਚ ਆਬਾਦ ਕੀਤਾ ਨੇ, ਜਿਹੜੇ ਸਿੱਖਾਂ ਕੋ ਜ਼ਮੀਨਾਂ ਮਿਲੀਆਂ ਹਨ। ਸਿੱਖਾਂ ਕੋ ਜ਼ਮੀਨਾਂ ਮਿਲੀਆਂ ਹਨ ਜਿਹੜੀਆਂ ਨਾ, ਇਹ ਉਹਨੂੰ ਮੌਕੇ ਦੀਆਂ ਮਿਲੀਆਂ ਨੇ। ਗੁਰਦੁਆਰਾ ਇਹਦਾ 37 ਚਾਕੇ 'ਚ ਹੀ ਗੁਰਦੁਆਰਾ, 38 ਚਾਕੇ 'ਚ ਹੀ ਗੁਰਦੁਆਰਾ, 38 ਚੱਕ ਤਾਂ ਨਾਰੇ ਇੱਥੇ ਉਹਦੇ 'ਚ ਹੀ ਗੁਰਦੁਆਰਾ ਆਈ। ਇਹਨਾਂ ਦੇ ਸਾਰੇ ਨਾਂ ਟਾਈਮ ਪਾਕਿਸਤਾਨ ਬਣਨ ਤੋਂ ਪਹਿਲੇ ਪਹਿਲੇ ਤੁਹਾਡਾ ਉਹਨਾਂ ਨਾਲ ਰਹਿਣ ਸਹਿਣ ਕਿਵੇਂ? ਸਾਡਾ ਸ਼ੁਰੂ ਤੋਂ ਅਸਾਂ ਹੀ ਆਪਣੇ ਰਕਬੇ 'ਚ ਰਹਿੰਦੇ ਹਾਂ। ਅੱਛਾ, ਨਹੀਂ ਊਂ ਮੁਸਲਮਾਨਾਂ ਨਾਲ ਉਹਨਾਂ ਦਾ ਰਵੱਈਆ ਸਹੀ ਹੈ? ਊਂ ਸਹੀ ਰਹੇ, ਇੱਕ ਬੈ ਨਾਲ ਵਰਤਦੇ ਆ ਸੇ ਵਧੇ। ਠੀਕ। ਦੇ ਬਿਆ ਅਸਾਂ ਚੱਕ ਕੇ 'ਚ ਕਹਿਣਾ, ਸਾਡੀ ਜ਼ਮੀਨ 2-2 ਕਨਾਲਾਂ ਮੁਰਬੇ ਨੂੰ ਮਿਲੀ ਆਈ, ਅਸਾਂ ਚੱਕ ਵਾਲੀ ਜ਼ਮੀਨ ਛੋੜ ਦਿੱਤੀ ਆਈ, ਅਸਾਂ ਆਪਣੀ ਜ਼ਮੀਨ ਜਗ੍ਹਾ ਬਣਾਈ ਪਈ। ਸਿੱਖਾਂ ਦਾ ਤਾਂ ਸਾਡਾ ਵਸੇਰਾ ਨਹੀਂ ਸੀ ਨਾ ਇੱਥੇ। ਠੀਕ। ਅਸਾਂ ਇੱਥੇ ਬਣਾਈ ਆਈ ਆਪਣੀ ਜ਼ਮੀਨ ਸ਼ੁਰੂ ਤੋਂ। ਅੱਛਾ, ਜਿਹੜਾ ਹੁਣ 37 ਚੱਕ 'ਚ ਕੋਈ ਪੁਰਾਣੀ ਬਿਲਡਿੰਗ ਹੈ ਜਾਂ ਖਤਮ ਥੀ ਗਈਆਂ ਨੇ ਸਾਰਾ? ਸਭ ਖਤਮ। ਅੱਛਾ ਅੱਛਾ। ਕੋਈ ਦੁਬਾਰਾ ਕਦੇ ਆਏ ਹਨ ਇੱਥਾਂ? ਹਾਂ, ਸਰਦਾਰ ਜਾਂ ਸਿੱਖ ਦੁਬਾਰਾ ਇੱਥਾਂ ਵੇਖਣ ਆਏ ਹਨ ਆਪਣੇ? ਆਇਆ। ਕਿਹੜੀ? 8 ਮੁਰੱਬੇ ਵਾਲਾ ਹੈ, ਉਹਦਾ ਨਾਂ ਹੈ ਚੇਤ ਸਿੰਘ। ਉਹ ਆਇਆ ਦੇਖ ਗਏ ਹਨ। ਅੱਛਾ। ਵੀ ਆਏ 38 ਚੋਂ ਆਇਆ, ਉਹ ਹੀ ਵੇਖ ਗਏ ਹਨ ਪਿੱਛੇ, ਉਹ ਆਪਣਾ ਪਰਮਟ ਬਣਾ ਦੇ, ਪਰਮਟ ਦੇ ਆਇਆ। ਜੀ ਜੀ ਜੀ। ਅੱਛਾ, ਇੱਥਾਂ ਰੌਲਾ ਕਹਿ ਨਹੀਂ ਪਿਆ ਜਦੋਂ ਵੰਡ ਥਈ? ਨਾ ਨਾ, ਇੱਥਾਂ ਕੁਝ ਨਹੀਂ ਆਖਿਆ ਲੋਕਾਂ ਨੇ ਉਹਨਾਂ ਨੂੰ ਦੇ ਲੋਕਾਂ ਨੇ? ਹਾਂ, ਉਹਨਾਂ ਕਹਿ ਨਹੀਂ, ਪਿੱਛੇ ਪਿੱਛੇ ਫਿਰ ਮਰਦਰਾਂ ਨੇ ਕਿਰਾੜ ਆਉਂਦਾ, ਇੱਕ ਚਾਨਣ ਚਾਨਣ ਕਿਰਾੜ ਸੜੇਂਦੇ ਆ ਤੇ ਉਹ ਰੌਲਾ ਜਿਹੜੇ ਪਿਆ ਊ ਸਾਰੇ ਕੁੰਬੇ ਕੋ ਆਪਣੇ ਕੋ ਇਕੱਠਾ ਕਰਕੇ ਇੱਕੇ ਕੋਠੇ ਢੱਕ ਕੇ ਅਤੇ ਅੱਗ ਲਾ ਦਿੱਤੀ ਆ। ਕਿਹੜੀ ਜਾ? ਇਹ ਇੱਥੇ ਦੁਨੀਆਪੁਰ। ਅੱਛਾ ਅੱਛਾ। ਉਹਦੇ ਜਿਹੜੇ ਬਾਲ ਬੱਚੇ ਹਨ ਨਾ, ਅੱਗ ਲਾ ਕੇ ਅਤੇ ਸਾਰਿਆਂ ਨੂੰ ਧੱਕਾ ਦਿੱਤਾ ਉਸ ਵਿੱਚ। ਅੱਛਾ, ਇਹ ਜਿਹੜਾ ਠੱਠਾ ਹੈ ਪਾਵਲੀਆਂ ਵਾਲਾ, ਹਾਂ, ਇੱਥਾਂ ਹਿੰਦੂ ਰਹਿੰਦੇ ਹਨ ਜਾਂ ਸਿੱਖ ਜ਼ਿਆਦਾ? ਹਿੰਦੂ ਹੀ ਰਹਿੰਦੇ ਹਨ, ਮੁਸਲਮਾਨ ਹੀ ਰਹਿੰਦੇ ਹਨ ਸ਼ੁਰੂ ਤੋਂ। ਅੱਛਾ, ਸਿੱਖ? ਨਾ ਨਾ, ਕਿਰਾੜ ਆਉਂਦੇ ਹਨ। ਅੱਛਾ ਅੱਛਾ।
ਕਿਰਾੜ ਖੱਤਰੀ ਕਿਰਾੜ ਉਹਨੇ ਸਿੱਖ ਇਹਨਾਂ ਪਿੰਡਾਂ 'ਚ ਆਉਣੇ ਜ਼ਮੀਨਾਂ ਜਿਹੜੀਆਂ ਮਿਲੀਆਂ ਹਨ ਨਾ ਸਿੱਖਾਂ ਨੂੰ ਇਹ ਪਿੰਡਾਂ ਦੇ ਵਿੱਚ ਰਹਿੰਦੇ ਆ। ਅੱਛਾ 37, 38, 35, 40 'ਚ ਚਾਲੀ ਥੀ ਗਿਆ, 35 ਥੀ ਗਿਆ, 38 ਥੀ ਗਿਆ, ਇਹ ਸਿੱਖਾਂ ਦੇ ਮੁਰਬਿਆਂ ਹਨ। ਅੱਛਾ ਬੜੇ ਬੜੇ ਜ਼ਿਮੀਦਾਰ ਇਹਨੇ ਤਾਂ ਸਿੱਖ ਮੁਰਬੇ ਡੂਡੂ ਮੁਰਬਿਆਂ ਦੇ। ਸ਼ੇਰ ਸਿੰਘ ਤੁਸੀਂ ਇੱਕ ਜ਼ਿਕਰ ਕਰਿੰਦੇ ਪਏ ਹੋ, ਹਾਂ ਸ਼ੇਰ ਸਿੰਘ ਜਿਹੜਾ ਚੇਤ ਸਿੰਘ, ਹਾਂਜੀ ਹਾਂ, ਉਹਦੇ 2.5 ਮੁਰਬਿਆਂ ਨੇ ਇੱਥੇ ਨਾਲ ਸ਼ੇਰ ਸਿੰਘ ਦੇ, ਹਾਂ 37 ਦੇ ਨਾਲ ਚੱਕ 37 ਵੱਜਦਾ ਅਤੇ ਉਹ ਰਕਬੇ ਦੇ ਵਿੱਚ ਜਗ੍ਹਾ ਬਣਾਈਆਂ ਹੋਈਆਂ ਨੇ, ਚੱਕ ਦਾ 37 ਜੋ ਰਹਿੰਦਾ ਕੋਈ ਖੂਹ ਉਹਨਾਂ ਦਾ ਹੈ ਤਾਂ ਸਿੱਖਾਂ ਦਾ, ਹਾਂ ਹਾਂ ਇਹ ਜਿਹੜਾ ਚੇਤ ਸਿੰਘ ਵਾਲਾ ਆਇਆ ਇਹ 8 ਮੁਰਬਾ ਇੱਥੇ ਖੂਹ ਸਿੱਖਾਂ ਮਾਰੇ ਹਨ, ਬਈ ਜਾਏ ਮਾਰੇ ਹਨ, ਮੁਸਲਮਾਨਾਂ ਦੇ ਵਿੱਚ ਮਾਰੇ ਹੋਏ ਹਨ ਬੇਟੇ। ਅਸਾਂ ਵੱਲ ਸ਼ੁਰੂ ਤੋਂ ਸਿੱਖਾਂ ਦੇ ਰਹੇ ਬਈ ਡੂਡੂ ਕਨਾਲੀ ਸਾਡਾ ਹਾਤਾ ਮਿਲਿਆ ਹੋਇਆ ਹੈ ਸਾਡੇ ਵੱਡਿਆਂ ਕੋ, ਉਹਨਾਂ ਆਖਾਂ ਅਸਾਂ ਹਾਤਾ ਛੋੜਦੇ ਸੋ ਅਸਾਂ ਇਹਨਾਂ ਦੇ ਸਾਡਾ ਇਹ ਅਸਾਂ ਤਕਬੀਰ ਪੁੱਜੇ ਨੇ ਇਹ ਝਟਕਾ ਕਰੇ ਨੇ ਅਸਾਂ ਇਹਨਾਂ ਦਾ ਸਾਡਾ ਗੁਜ਼ਾਰਾ ਨਹੀਂ ਆਉਂਦਾ। ਅੱਛਾ ਤੁਸੀਂ ਆਪਣੀ ਜ਼ਮੀਨਾਂ 'ਚ ਆ ਗਏ ਅਸਾਂ ਆਪਣੇ ਸਾਡੇ ਬਜ਼ੁਰਗ ਪੜ੍ਹੇ ਕਹਿ ਨਹੀਂ ਉਹ ਟਾਈਮ ਊ ਟਾਈਮ ਪੜ੍ਹਾਈਆਂ ਦੇ ਸ਼ੌਂਕ ਹੀ ਕਹਿਣਾ ਨੂੰ ਵੇਲੇ ਮਾਲਾਂ ਦੇ ਸ਼ੌਂਕ ਹਨ। ਅੱਛਾ ਹੁਣ ਪੜ੍ਹਾਈਆਂ ਦੇ ਸ਼ੌਂਕ ਹਨ। ਅੱਛਾ ਇਹ ਘੋੜੀਆਂ ਛੁੜੀਆਂ ਪਾਲਦੇ ਹਨ ਸਰਦਾਰ ਕਹਿਣਾ, ਘੋੜੀਆਂ ਮੁਰਬੇ ਪਾਲ ਹਨ ਨਹੀਂ ਸਿੱਖਾਂ ਕੋ ਮਿਲੇ ਹਨ? ਹਾਂ ਅੱਛਾ ਘੋੜੀਆਂ ਦੇ ਮੁਰਬੇ ਮਿਲੇ ਹੋ ਇਹਨਾਂ ਕੋ। ਅੱਛਾ ਚਲੋ ਠੀਕ ਹੈ ਬਾਬਾ ਜੀ, ਕੋਈ ਹੋਰ ਕੋਈ ਯਾਦ ਹੋਰ ਕਹਾਣੀ ਅੱਜ ਅਸਾਂ 100 ਕਰੋੜ ਸਾਹਿਬ ਬੈਠੇ ਹਾਂ ਹੁਣ ਸਾਡੇ ਦਿਮਾਗ ਕੀ ਹੋ ਜਾਏ ਨੇ ਹੁਣ ਪਾਕਿਸਤਾਨ ਤੈਨੂੰ ਪਤਾ ਹੈ ਸਨ 47 ਚ ਬਣੇ ਤੇ ਬਾਡੀ ਉਮਰ ਤਾਂ ਮਾਸ਼ਾਅੱਲਾ ਉਹ ਟਾਈਮ ਤੁਸੀਂ ਦੱਸਨੇ ਪਏ ਹੋ ਮੈਂ ਤੈਨੂੰ 25-26 ਸਾਲ 25-26 ਸਾਲ ਦਾ ਉਹ ਮੌਕੇ ਆਉਂਦੇ ਅੱਜ ਸਨ ਪਤਾ ਨਹੀਂ ਕਿਹੜਾ ਚੜਾ ਕੜੇ 2019 ਹੈ ਹਾਂ ਤੇ ਬਾਰਾ 100 ਦੇ ਨੇੜੇ ਦਾ ਅਸਾਂ ਗਏ ਵਧਿਆ। ਅੱਛਾ ਅੱਛਾ ਇੱਕ ਸਦੀ ਚ ਪਾਈ ਬੈਠੇ ਠੀਕ ਨਹੀਂ ਮੈਂ ਇਹ ਪੁੱਛੇਨਾ ਪਿਆ ਵੀ ਜਿਹੜੇ ਟਾਈਮ ਊ ਟਾਈਮ ਲੋਕਾਂ ਦਾ ਇੱਥਾਂ ਉਹਨਾਂ ਨਾਲ ਸਹੀ ਹੈ ਰਵਈਆ ਸਾਡਾ ਰਹੀ ਆ ਸਭੀ ਸਾਡੇ ਵੱਡੇ ਹਨ ਅਸਾਂ ਤਾਂ ਵੇਲੇ ਚੁਹਾਰਾ ਅਸਾਂ ਵੱਡੇ ਆਸੇ ਵੱਡੇ ਸਾਡੇ ਹਨ ਜਿਹੜੇ ਰਵਈਆ ਸਿੱਖਾਂ ਨਾਲ ਹੀ ਸਹੀ ਰਹੇ ਮੁਸਲਮਾਨ ਲੜਾਈ ਝਗੜਾ ਕਹਿਣ ਨਾ ਨਾ ਸਾਡੇ ਨਾਲ ਉਹਨਾਂ ਲੜਾਈ ਝਗੜਾ ਕਹਿ ਨਹੀਂ ਕੀਤਾ। ਅੱਛਾ ਅੱਛਾ ਹਾਂ ਇੱਥਾਂ ਕੋਈ ਇੱਥਾਂ ਸਿੱਖ ਮਾਰੇ ਵੀ ਗਏ ਨਾਲ ਦੇ ਪਿੰਡਾਂ ਵਿੱਚ? ਹਾਂ ਮਾਰੇ ਗਏ ਹਨ ਛੱਤਾ ਪੌੜ ਖੜੇ ਇੱਥੇ ਦੁਨੀਆ ਪੁਰ ਦੇ ਛੱਤੇ ਪੌੜ ਮਾਰੇ ਹਨ ਇੱਥੇ ਮਾਰੇ ਹਨ ਢੇਰ ਬੰਦੇ ਮਾਰੇ ਹਨ ਪਰ ਉਹ ਜਿਹੜੇ ਉਹਨੂੰ ਹਿੰਦੂ ਮੁਸਲਮਾਨਾਂ ਕੋ ਮਰਦੇ ਰਹਿਣ ਨਾ ਅਤੇ ਸੁਣਦੇ ਰਹਿਣ ਪਰ ਇੱਥੇ ਇੱਥੋਂ ਵਾਲੇ ਮੁਸਲਮਾਨ ਹੀ ਪਾਏ ਵਗੇ ਪਏ ਹਨ ਹਿੰਦੂਆਂ ਕੋ ਮਾਰਨ ਇੱਥੇ ਹੀ ਮੈਂ ਮੋਇਆ। ਚਲੋ ਠੀਕ ਹੈ ਬਾਬਾ ਜੀ ਹਾਂ ਚਲੋ ਨਾਲ ਖੈਰ ਤੁਸੀਂ ਮੁਲਤਾਨ